ਮੌਨਸੂਨ ਦਾ ਮੌਸਮ ਹੈ ਅਤੇ ਜਾਣਕਾਰਾਂ ਦੇ ਮੁਤਾਬਿਕ ਇਸ ਮੌਸਮ ਦੇ ਵਿੱਚ ਬੂਟੇ ਲਗਾਉਣ ਦਾ ਇਹ ਸਭ ਤੋਂ ਵਧੀਆ ਅਤੇ ਬਿਹਤਰ ਸਮਾਂ ਹੈ। ਇਸ ਕਰਕੇ ਇਸ ਮੁਹਿੰਮ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਜੋੜ ਰਹੇ ਹਾਂ ਕਿ ਤੁਸੀਂ ਪੇੜ ਲਗਾਓ, ਪੇੜ ਲਗਾਉਂਦੇ ਹੋਏ ਇੱਕ ਵੀਡੀਓ ਬਣਾਓ ਅਤੇ ਉਹ ਵੀਡੀਓ ਸਾਨੂੰ ਭੇਜੋ। ਵਟਸਐਪ ਨੰਬਰ ਤੁਹਾਡੀ ਟੀ ਵੀ ਸਕਰੀਨ ਦੇ ਉੱਤੇ ਆ ਚੁੱਕਿਆ। ਇਸ ਵਟਸਐਪ ਨੰਬਰ ਦੇ ਉੱਤੇ ਤੁਸੀਂ ਆਪਣੀ ਵੀਡੀਓ ਭੇਜ ਸਕਦੇ ਹੋ ਅਤੇ ਅਸੀਂ ਉਹ ਤਸਵੀਰਾਂ ਅਤੇ ਵੀਡੀਓ ਆਪਣੇ ਦਰਸ਼ਕਾਂ ਦੀਆਂ ਦਿਖਾਵਾਂਗੇ। ਜਿਵੇਂ ਇਹ ਤਸਵੀਰਾਂ ਦਿਖਾ ਰਹੇ ਹਾਂ, ਇੱਕ ਵਾਰੀ ਪੂਰੀ ਸਕਰੀਨ ਦੇ ਉੱਤੇ ਦਿਖਾ ਦਿੰਦੇ ਹਾਂ ਜਿਹੜੇ ਸਾਡੇ ਦਰਸ਼ਕਾਂ ਦੀਆਂ ਤਸਵੀਰਾਂ ਜਾਂ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ। ਸਾਡੇ ਕੋਲ ਮੰਨਤ ਦੀ ਵੀਡੀਓ ਆਈ, ਇਹ ਕਮਲ ਕਲੋਨੀ ਵੈਲਫੇਅਰ ਸੁਸਾਇਟੀ ਦੀ ਹੈ, ਕੁਲਦੀਪ ਸਿੰਘ ਮੋਗਾ ਤੋਂ ਉਹਨਾਂ ਨੇ ਵੀਡੀਓ ਸਾਨੂੰ ਭੇਜੀ ਹੈ। ਹਰ ਮਨੁੱਖ ਲਾਵੇ ਇੱਕ ਰੁੱਖ, ਕਿਉਂਕਿ ਇੱਕ ਵੀ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ। ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਜੀ, ਹਰ ਇੱਕ ਰੁੱਖ ਲਗਾਉਣ ਦੇ ਨਾਲ ਫਰਕ ਤਾਂ ਪੈਂਦਾ ਹੈ। ਸਾਡੀ ਮੁਹਿੰਮ ਝੁਗਿਰਦੇ ਨੂੰ ਬਚਾਉਣ ਦੇ ਲਈ ਹੈ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਇੱਕ ਅਜਿਹਾ ਵਾਤਾਵਰਣ ਦੇ ਸਕੀਏ ਜਿਸ ਦੇ ਵਿੱਚ ਉਹ ਘੱਟੋ ਘੱਟ ਸਾਹ ਚੰਗੀ ਤਰ੍ਹਾਂ ਜ਼ਰੂਰ ਲੈ ਸਕਣ। ਜੋ ਗਰਮੀ ਹੈ ਉਹ ਦੱਸ ਰਹੀ ਹੈ ਕਿ ਜ਼ਬਰਦਸਤ ਗਰਮੀ ਦੇ ਵਿਚਾਲੇ ਆਉਣ ਵਾਲੇ ਸਾਲ, ਆਉਣ ਵਾਲੇ ਦਹਾਕੇ ਬਹੁਤ ਮੁਸ਼ਕਿਲਾਂ ਭਰੇ ਰਹਿਣਗੇ। ਵੀਡੀਓ ਤੁਸੀਂ ਬਣਾਓ ਇਸ ਲਾਈਨ ਨੂੰ ਬੋਲਦੇ ਹੋਏ। ਅਸੀਂ ਆਪਣੇ ਸ਼ੋਅ ਦੇ ਦੌਰਾਨ ਸ਼ਾਮ ਨੂੰ 5 ਵਜੇ ਅਤੇ ਰਾਤ 9 ਵਜੇ ਵਾਲੇ ਸ਼ੋਅ ਦੇ ਵਿੱਚ ਇਹ ਵੀਡੀਓ ਅਤੇ ਤਸਵੀਰਾਂ ਆਪਣੇ ਦਰਸ਼ਕਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।